ਕਿਵੇਂ ਆ ਦੋਸਤੋ, ਮੈਂ ਜਸ਼ਨ ਕੁਸ਼ਵਾਹਾ ਆਪਣੇ ਯੂਟਿਊਬ ਚੈਨਲ ਬਿੱਗ ਸਟਾਰ ਬਾਇਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਦੋਸਤੋ ਹਾਰਦਿਕ ਸਵਾਗਤ ਕਰਦਾ ਹਾਂ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਭਾਬੀ ਰਣਜੀਤ ਕੌਰ ਇੱਕ ਬਹੁਤ ਵੱਡੇ ਦੋਸਤੋ ਟਿੱਕਟੋਕ ਸਟਾਰ ਸਨ। ਸਾਰੇ ਲੋਕਾਂ ਨੂੰ ਦੋਸਤੋ ਉਹਨਾਂ ਦੇ ਵੀਡੀਓ ਦੇ ਦੋਸਤੋ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਸੀ ਟਿੱਕਟੋਕ 'ਤੇ। ਕਦੇ ਉਹ ਕਹਿੰਦੇ ਸਨ ਆ ਲਓ ਅੱਖ ਅਤੇ ਆ ਲਓ ਚੁੰਮਾ, ਪਤਾ ਨਹੀਂ ਵੀਰਵਾਰ ਹੈ ਕਿ ਜੁਮਾ। ਦੋਸਤੋ, ਭਾਬੀ ਜੀ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਟਿੱਕਟੋਕ ਬੰਦ ਕਰਵਾ ਕੇ ਮੋਦੀ ਨੇ ਸਾਡੇ ਪਰਿਵਾਰ ਦੇ ਢਿੱਡ 'ਤੇ ਲੱਤ ਮਾਰੀ ਹੈ। ਦੋਸਤੋ, ਭਾਬੀ ਰਣਜੀਤ ਕੌਰ ਨੇ ਦੱਸਿਆ ਕਿ ਮੇਰਾ ਸਦਮਾ ਲੱਗਣ ਦਾ ਕਾਰਨ ਹੈ ਜਿਹੜਾ ਉਹ ਮੋਦੀ ਹੈ, ਕਿ ਉਸਨੇ ਦੋਸਤੋ ਟਿੱਕਟੋਕ ਆ ਜਿਹੜੀ ਉਹ ਬੰਦ ਕਰ ਦਿੱਤੀ। ਦੋਸਤੋ, ਮੈਂ ਤੁਹਾਨੂੰ ਉਹ ਵੀਡੀਓ 'ਤੇ ਲੈ ਕੇ ਜਾਂਦਾ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੋਸਤੋ ਇੱਕ ਛੋਟੀ ਜਿਹੀ ਰਿਕੁਐਸਟ ਕਰਨਾ ਚਾਹੂੰਗਾ। ਜੇਕਰ ਤੁਸੀਂ ਹਲੇ ਤੱਕ ਮੇਰੇ ਯੂਟਿਊਬ ਚੈਨਲ ਬਿੱਗ ਸਟਾਰ ਬਾਇਓ ਨੂੰ ਸਬਸਕ੍ਰਾਈਬ ਨਹੀਂ ਕੀਤਾ, ਦੋਸਤੋ ਸਾਰੇ ਤੋਂ ਪਹਿਲਾਂ ਮੇਰੇ ਯੂਟਿਊਬ ਚੈਨਲ ਬਿੱਗ ਸਟਾਰ ਬਾਇਓ ਨੂੰ ਦੋਸਤੋ ਸਬਸਕ੍ਰਾਈਬ ਕਰ ਦਿਓ ਅਤੇ ਨੋਟੀਫਿਕੇਸ਼ਨ ਬੈਲ ਨੂੰ ਦੋਸਤੋ ਔਨ ਕਰ ਦਿਓ ਦੋਸਤੋ, ਤਾਂ ਕਿ ਦੋਸਤੋ ਜਿਹੜੀ ਮੈਂ ਅਗਲੀ ਵੀਡੀਓ ਅਪਲੋਡ ਕਰਾਂ ਉਹ ਸਾਰਿਆਂ ਤੋਂ ਪਹਿਲਾਂ ਦੋਸਤੋ ਤੁਹਾਡੇ ਕੋਲ ਜਿਹੜੀ ਉਹ ਪਹੁੰਚ ਸਕੇ। ਦੋਸਤੋ, ਚਲੋ ਦੋਸਤੋ, ਆਪਾਂ ਜ਼ਿਆਦਾ ਸਮਾਂ ਨਾ ਲਾਉਂਦੇ ਹੋਏ ਚੱਲਦੇ ਹਾਂ ਉਸ ਵੀਡੀਓ ਉੱਪਰ। ਤੁਸੀਂ ਹੁਣ ਜਿਮ ਕਰ ਰਹੇ ਹੋ ਟਿਕਟੋਕ ਨੂੰ ਛੱਡ ਕੇ, ਕੀ ਤੁਹਾਨੂੰ ਟਿਕਟੋਕ ਬੰਦ ਹੋਣ ਦਾ ਸਦਮਾ ਲੱਗਿਆ? ਉਹ ਤਾਂ ਜਿਹੜਾ ਲੱਗਣਾ ਸੀ ਲੱਗਣਾ ਹੀ ਸੀ ਜੀ, ਪਰ ਇਹ ਤਾਂ ਆਪਾਂ ਜਿਮ ਕਰਦੇ ਹੀ ਕਰਦੇ ਆ, ਪਰ ਜੇ ਉਹ ਆਪਾਂ ਨੂੰ ਟਿਕਟੋਕ ਨੇ ਦੇ ਦਿੱਤਾ ਆਪਾਂ ਨੂੰ ਕਿਸੇ ਨੂੰ ਕੁਛ ਨਹੀਂ। ਅਸੀਂ ਤੁਹਾਨੂੰ ਪਹਿਲਾਂ ਕਦੇ ਵੀ ਐਕਸਰਸਾਈਜ਼ ਕਰਦੇ ਨਹੀਂ ਦੇਖਿਆ, ਅੱਜ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਭਾਬੀ ਅੱਜ ਇੱਕ ਜਿਮ ਲਾ ਰਹੀ ਹੈ, ਇਹਦੇ ਪਿੱਛੇ ਕੀ ਗੱਲ ਹੈ? ਇਹ ਤਾਂ ਜੀ ਮੋਦੀ ਨੇ ਸਦਮਾ ਦਿੱਤਾ ਸਾਨੂੰ ਟਿਕਟੋਕ ਬੰਦ ਕਰਕੇ। ਹਾਂਜੀ ਭਾਬੀ ਜੀ, ਜੇਕਰ ਮੇਰੀ ਜਾਣਕਾਰੀ ਦੋਸਤੋ ਤੁਹਾਨੂੰ ਵਧੀਆ ਲੱਗੀ ਤਾਂ ਮੇਰੀ ਇਸ ਵੀਡੀਓ ਨੂੰ ਦੋਸਤੋ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਦੋਸਤੋ ਜ਼ਰੂਰ ਕਰ ਦਿਓ। ਦੋਸਤੋ, ਮੈਂ ਅਜਿਹੀਆਂ ਹੀ ਵੀਡੀਓ ਦੋਸਤੋ ਤੁਹਾਡੇ ਲਈ ਅੱਗੇ ਅੱਗੇ ਲਿਆਉਂਦਾ ਰਹੂੰਗਾ। ਦੋਸਤੋ, ਤੁਹਾਡਾ ਮੇਰੀ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਹੈ ਜੀ।